कोरोना महामारी दौरान फगवाड़ा के महला भगतपुरा विखे रोजाना ही कोरोना पॉजिटिव मामले सामने आ रहे हैं, जिसके चलद प्रशासन वालों सरकार हदायतों के चलद ही इस महामारी खत्म करने पिछले कई दिनों तो इस इलाके तकरीबन सारिया ही गलियां सील किया गया है, पर इस सब के बावजूद इस इलाके भी सेहत विभाग की एक वड्डी लापरवाही सामने आई है, क्योंकि सेहत विभाग वालों किए जा रहे टेस्टों में कुछ गड़बड़ी पाए जाने के दोष लग रहे हैं। महला भगतपुरा की गली नंबर 5 के एक परिवार ने दसिया कि वह जो महल में सेहत विभाग वालों किए जा रहे टेस्टों दौरान अपने टेस्ट करवाने गए तो रैपिड टेस्ट दौरान उन्होंने कोरोना रिपोर्ट नैगेटिव दसी गई थी, जिसकी बकायदा स्लिप भी दी गई थी। उन्होंने कहा कि जो कुछ दिन पहला महल्ले कोरोना केस निकलने शुरू हुए तो सेहत विभाग की टीम वालों जो कोरोना पॉजिटिव मरीजों की लिस्ट जारी की गई तो उन्होंने 12 साल बच्ची की रिपोर्ट पॉजिटिव दसी गई। इस तो बाद जो उन्होंने सिविल अस्पताल के डॉक्टरों को उक्त नैगेटिव रिपोर्ट की स्लिप दिखाई तो डॉक्टर ने उन्होंने कोई भी जानकारी नहीं दी। उन्होंने कहा कि परिवार वालों जो मुड़ तो बच्ची का टेस्ट करवाया गया तो रिपोर्ट मुड़ तो भी कोरोना नैगेटिव ही निकली। उन्होंने मांग की कि इस मामले की उच्च पदरी जाँच करवाई जाए। ਇਹ ਨੈਗੇਟਿਵ ਆਏ ਸੀਗੇ ਟੈਸਟ ਜਾਂ ਪੋਜ਼ਿਟਿਵ ਆਏ ਸੀ ਤੁਹਾਡੇ ਪਰਿਵਾਰ ਦੇ? ਨਹੀਂ, ਨੈਗੇਟਿਵ ਆਏ ਸੀ। ਉਸੇ ਵੇਲੇ ਦੀ ਰਿਪੋਰਟ ਦਿੱਤੀ ਸੀ ਉਹਨਾਂ ਨੇ ਕਿਹਾ ਬੇਟੀ ਠੀਕ ਆ। ਉਸ ਤੋਂ ਬਾਅਦ ਮੇਰੇ ਪੋਤੇ ਦਾ ਟੈਸਟ ਹੋਇਆ, ਉਹ 3 ਦਿਨ ਬਾਅਦ ਆਇਆ। ਸਾਨੂੰ ਮੈਸੇਜ ਵੀ ਆ ਗਿਆ, ਮੇਰਾ ਵੀ ਹੋਇਆ, ਮੈਸੇਜ ਆ ਗਿਆ ਕਿ ਠੀਕ ਆ। ਉਸ ਤੋਂ ਬਾਅਦ ਸਾਨੂੰ 3 ਦਿਨ ਬਾਅਦ ਸਾਨੂੰ ਹੋਸਪਿਟਲੋਂ ਲਿਸਟ ਦੇ ਵਿੱਚ ਨਾਂ ਆਇਆ ਥਾਣੇ ਵੀ ਤੁਹਾਡੀ ਪੋਤੀ ਦਾ ਵਿੱਚ ਨਾਂ ਹੈਗਾ ਆ। ਅਸੀਂ ਕਿਹਾ ਚਲੋ ਕੋਈ ਜੇ ਨਾਂ ਹੈਗਾ। ਕੁੜੀ ਰੋਣ ਲੱਗ ਗਈ ਕਿ ਮੈਨੂੰ ਪੋਜ਼ਿਟਿਵ ਆ, ਕਹਿੰਦੀ ਮੈਨੂੰ ਬਾਹਰ ਖੇਲਣ ਨਹੀਂ ਦੇਣਾ ਬੱਚਿਆਂ ਨੇ। ਅਤੇ ਇਹ ਰੋਂਦੀ ਤਾਂ ਮੈਂ ਕਿਹਾ ਕੋਈ ਨਹੀਂ ਆਪਾਂ ਦੁਬਾਰਾ ਕਰਾ ਲੈਂਦੇ ਹਾਂ। ਦੂਜੀ ਵਾਰੀ ਫਿਰ ਅਸੀਂ ਕੱਲ੍ਹ ਕਰਵਾਇਆ ਤਾਂ ਵੀ ਰਿਪੋਰਟ ਠੀਕ ਆਈ ਆ। ਦੂਸਰਾ ਟੈਸਟ ਕਿੱਥੋਂ ਕਰਵਾਇਆ ਸੀ? ਦੂਸਰਾ ਵੀ ਅਸੀਂ ਉਹੀ ਗਰੁੱਪ ਦੂਸਰੇ ਤੋਂ 3 ਨੰਬਰ ਗਲੀ 'ਚੋਂ ਕਰਵਾਇਆ ਸੀਗਾ। ਫਿਰ ਉਹਦਾ ਨੈਗੇਟਿਵ ਆਇਆ? ਨਹੀਂ, ਸਹੀ ਆਇਆ ਜੀ, ਉਹਦਾ ਵੀ ਨੈਗੇਟਿਵ ਆਇਆ ਨਾ। ਹਾਂਜੀ ਹਾਂਜੀ, ਨੈਗੇਟਿਵ ਹੀ ਆਇਆ। ਹੁਣ ਤੁਸੀਂ ਕੀ ਮੰਗ ਕਰਦੇ ਹੋ ਸਰਕਾਰ ਤੋਂ? ਮੰਗ ਇਹ ਕਰਦੇ ਹਾਂ ਵੀ ਸਰਕਾਰ ਦੇ ਕੋਲੋਂ ਜਿਹੜੀਆਂ ਝੂਠੀਆਂ ਰਿਪੋਰਟਾਂ ਬਣਾਉਂਦੇ ਇਹਨਾਂ ਨੂੰ ਬੰਦ ਕੀਤਾ ਜਾਵੇ ਅਤੇ ਸਹੀ ਅਗਲਿਆਂ ਦੇ ਕਰੋ। ਅਤੇ ਦੇਖੋ, ਜੇ ਕਿਸੇ ਕਦੇ ਬੱਚੇ ਨੂੰ ਕੁਛ ਵੀ ਹੋ ਗਿਆ ਤਾਂ ਜ਼ਿੰਮੇਵਾਰ ਸਰਕਾਰ ਹੋਊਗੀ ਜਾਂ ਡਾਕਟਰ ਹੋਣਗੇ ਤੁਹਾਡੇ। ਅਤੇ ਸਾਨੂੰ ਕਿੱਟ ਦਿੱਤੀ, ਕਿਸ ਫਾਈਜ਼ 'ਤੇ ਦਿੱਤੀ? ਜਾਂ ਸਾਡਾ ਕੋਈ ਮਤਲਬ ਸੈਂਪਲ ਹੀ ਨਹੀਂ ਹੋਸਪਿਟਲ ਦੇ ਵਿੱਚ ਗਿਆ ਅਤੇ ਸਾਨੂੰ ਕਿੱਟ ਕਿਉਂ ਦਿੱਤੀ? ਜਾਂ ਸਾਡਾ ਇੱਥੇ ਹੀ ਹੋਇਆ ਤਾਂ ਅਸੀਂ ਸੈਂਪਲ ਤਾਂ ਭੇਜਿਆ ਹੀ ਨਹੀਂ। ਡਾਕਟਰਾਂ ਦੀ ਕੋਈ ਟੀਮ ਆਈ ਤੁਹਾਨੂੰ ਦੇਖਣ? ਨਹੀਂ, ਕੋਈ ਵੀ ਨਹੀਂ ਆਇਆ, ਨਾ ਕੋਈ ਪੁਲਿਸ ਵਾਲਾ ਆਇਆ, ਨਾ ਕੋਈ ਟੀਮ ਆਈ ਆ। ਤਾਂ ਡਾਕਟਰ ਸਾਡੇ ਕਿੱਟ ਕਿੱਦਾਂ ਭੇਜੀ ਸਾਡੇ ਘਰ ਦੇ ਵਿੱਚ? ਹਾਂਜੀ, ਕਿਤੇ ਹੋਰ ਵੀ ਕੋਈ ਇੱਦਾਂ ਦੇ ਕੇਸ ਆ ਜਿਹਨਾਂ ਦੀ ਪਹਿਲਾਂ ਪੋਜ਼ਿਟਿਵ ਆਈ ਅਤੇ ਬਾਅਦ 'ਚ ਨੈਗੇਟਿਵ ਹੋਈ ਆ? ਹਾਂ, ਹੋਏ ਹੈਗੇ 3-4 ਹੋਰ ਵੀ ਆ। ਉਹਨਾਂ ਨੇ ਵੀ ਪ੍ਰਾਈਵੇਟ ਕਰਵਾਇਆ, 1000-1000 ਰੁਪਇਆ ਦੇ ਕੇ, ਉਹਨਾਂ ਦੇ ਵੀ ਸਹੀ ਆਏ ਆ। ਸਾਡਾ ਮੱਲਾ ਸੀਲ ਕੀਤਾ ਆ, ਜਿਹੜੇ ਤਾਂ ਦਿਹਾੜੀ ਵਾਲੇ ਆ ਉਹ ਬੈਠੇ ਭੁੱਖੇ, ਅਤੇ ਜਿਹੜੇ ਨੌਕਰੀਆਂ ਵਾਲੇ ਆ ਉਹਨਾਂ ਨੂੰ ਤਾਂ ਤਨਖਾਹਾਂ ਮਿਲੀ ਜਾਂਦੀਆਂ। ਜੇ ਸੀਲ ਕੀਤਾ ਤਾਂ ਉਹਨਾਂ ਨੂੰ ਰਾਸ਼ਨ ਵੀ ਦਿਓ, ਖਰਚਾ ਵੀ ਦਿਓ। ਅੰਦਰ ਬੈਠ ਕੇ ਰੋਟੀ ਕਿੱਥੋਂ ਖਾਣ? ਉਹ ਬੱਚੇ ਭੋਰਾ ਭੋਰਾ ਭੁੱਖੇ ਬੈਠੇ ਆ, ਦੁੱਧ ਤੋਂ ਬੈਠੇ ਆ, ਨਾ ਬਾਹਰ ਜਾਣ ਦਿੰਦੇ ਆ। ਪ੍ਰਸ਼ਾਸਨ ਦਾ ਕੋਈ ਡਾਕਟਰ ਜਾਂ ਕੋਈ ਮਿਲਣ ਆਇਆ? ਕੋਈ ਨਹੀਂ ਵੜਦਾ, ਨਾ ਕੋਈ ਰਾਸ਼ਨ ਦੇਣ ਆਇਆ, ਨਾ ਕੋਈ ਦਵਾਈ ਦੇਣ ਆਇਆ, ਕੋਈ ਕੁਛ ਨਹੀਂ ਦੇਣ ਆਉਂਦਾ। ਮਹੱਲੇ ਦੇ ਐਮਸੀ ਆਏ ਆ? ਕੋਈ ਵੀ ਨਹੀਂ ਆਇਆ, ਕੋਈ ਵੀ ਨਹੀਂ ਸਾਡੀ ਖਬਰ ਲੈਣ ਵੜਦਾ। ਸੀਲ ਕਰ ਦਿੱਤਾ ਵੀ ਅੰਦਰ ਬਹਿ ਜਾਓ ਬੱਚਿਆਂ ਨੂੰ ਲੈ ਕੇ। ਮੈਂ ਹੁਣੇ ਵੀ ਇੱਧਰ ਹੈਗੇ ਆ, ਗੁੜੀਆ ਸੀਗੀ ਆਪਣੀ, ਉਹਨਾਂ ਦਾ ਮੈਂ ਦੇਖ ਕੇ ਆਇਆ ਸੀ। ਪਹਿਲਾਂ ਪੋਸਟਪੋਨ ਸੀਗਾ ਸਰਕਾਰ ਵੱਲੋਂ ਕੀਤਾ ਸੀ, ਉਹਨਾਂ ਨੇ ਪ੍ਰਾਈਵੇਟ ਕੀਤਾ ਵੀ ਨੈਗੇਟਿਵ ਆ ਗਿਆ ਸੀਗਾ ਜੀ। ਮੈਂ ਚੈੱਕ ਕੀਤਾ ਆ, ਮੈਂ SMO ਸਾਹਿਬ ਨੂੰ ਵੀ ਬੇਨਤੀ ਕਰਾਂਗਾ ਵੀ ਬਿਲਕੁਲ ਦੁਬਾਰਾ ਚੈੱਕ ਕਰਾਏ ਜਾਣ ਔਰ ਰੈਬਰਟ ਨਾ ਕਰਾਏ ਜਾਣ, 3 ਦਿਨਾਂ ਵਾਲੀ ਰਿਪੋਰਟ ਦੇ ਚੈੱਕ ਕਰਾਏ ਜਾਣ, ਜਿਹੜਾ ਕਲੀਅਰ ਹੋਵੇ ਔਰ ਦਹਿਸ਼ਤ ਨਾ ਪਵੇ ਬੱਚਿਆਂ ਦੇ। ਬੱਚੇ ਦੇ ਮਨ 'ਚ ਬਹੁਤ ਦਹਿਸ਼ਤ ਸੀਗੀ, ਅਸੀਂ ਉਹਨੂੰ ਸਮਝਾ ਕੇ ਆਏ ਪਿਆਰ ਨਾਲ, ਬੇਟਾ ਕੋਈ ਗੱਲ ਨਹੀਂ, ਜੇ ਤੇਰਾ ਪਹਿਲਾਂ ਪੋਜ਼ਿਟਿਵ ਸੀ ਹੁਣ ਨੈਗੇਟਿਵ ਆਇਆ, ਵਧੀਆ ਗੱਲ ਆ ਜੀ। ਬਾਕੀ ਅਸੀਂ ਸਰਕਾਰ ਤੁਸੀਂ ਮੌਕੇ ਦੇ ਕਿੰਨੇ ਪਰਿਵਾਰ ਚੈੱਕ ਕੀਤੇ ਜਿਨ੍ਹਾਂ ਦੀਆਂ ਰਿਪੋਰਟਾਂ ਪਹਿਲਾਂ ਪੋਜ਼ਿਟਿਵ ਤੋਂ ਬਾਅਦ ਨੈਗੇਟਿਵ ਆਈ? 3 ਕੀਤੇ ਜੀ ਇਸ ਟਾਈਮ, 3 ਕੀਤੇ ਭਗਤਪੁਰਾ ਗਲੀ ਨੰਬਰ 5, 3 ਕਰਕੇ ਆਏ। ਹੁਣ ਤੁਹਾਡੇ ਵਾਰਡ ਦੇ ਕੁਛ ਬੰਦੇ ਤੁਹਾਨੂੰ ਕਹਿ ਰਹੇ ਸੀ ਸਾਡੇ ਸਾਰਿਆਂ ਦੇ ਟੈਸਟ ਦੁਬਾਰਾ ਕਰਵਾਏ ਜਾਣ, ਕਿਉਂਕਿ ਉਹਨਾਂ ਨੂੰ ਸ਼ੱਕ ਪੈ ਚੁੱਕਾ ਵੀ ਰਿਪੋਰਟਾਂ ਕੁਛ ਗਲਤ ਜਾਂ ਫੇਕ ਆ ਰਹੀਆਂ। SMO ਸਾਹਿਬ ਅੱਗੇ, ਮੈਂ SMO ਸਾਹਿਬ ਅੱਗੇ ਬੇਨਤੀ ਕਰਾਂਗਾ ਵੀ ਦੁਬਾਰਾ ਹੀ ਚੈੱਕ ਕਰਨ ਔਰ ਦੁਬਾਰਾ 3 ਦਿਨਾਂ ਵਾਲੀ ਰਿਪੋਰਟ ਵਾਲਾ ਚੈੱਕ ਕਰਨ, ਨਾ ਕਿ ਬੱਚੇ ਆਉਂਦੇ ਰੈਫਰ ਕਰਕੇ ਚਲੇ ਜਾਂਦੇ ਆ, ਉਹ ਬੱਚਿਆਂ ਨੂੰ ਇੰਨਾ ਨਹੀਂ ਪਤਾ। SMO ਸਾਹਿਬ ਨੂੰ ਕਹੂੰਗਾ ਵਧੀਆ ਡਾਕਟਰ ਸਾਹਿਬ ਆਪ ਆਉਣ, ਆਪ ਆ ਕੇ ਹੀ ਸਾਰਿਆਂ ਦੇ ਚੈੱਕ ਕਰਨ, ਜਿਹੜਾ ਕਿ ਮੁੱਲਾ ਸਾਡਾ ਖੁਸ਼ਹਾਲ ਰਹੇ, ਤੰਦਰੁਸਤ ਰਹਿਣ ਔਰ ਕਿਸੇ ਦੇ ਮਨ 'ਚ ਦਹਿਸ਼ਤ ਨਾ ਹੋਵੇ।